ਹਾਂਜੀ, ਤੁਸੀਂ ਪਾਣੀ 'ਤੇ ਚੱਲਣ ਵਾਲੇ ਮੋਟਰਸਾਈਕਲ ਬਾਰੇ, ਸੋਰੀ, ਪਾਣੀ ਨਾਲ ਠੰਡਾ ਹੋਣ ਵਾਲੇ ਮੋਟਰਸਾਈਕਲ ਦੇ ਇੰਜਣ ਬਾਰੇ ਮੇਰਾ ਖਿਆਲ ਹੈ ਬਹੁਤ ਘੱਟ ਦੋਸਤਾਂ ਨੇ ਸੁਣਿਆ ਹੋਊਗਾ। ਸੋ ਆਓ ਅੱਜ ਆਪਾਂ ਪਾਣੀ ਅਤੇ ਨਾਲ ਪਾਣੀ ਦੇ ਨਾਲ ਠੰਡਾ ਹੋਣ ਵਾਲੇ ਇੰਜਣ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ ਵੀਰ ਤੋਂ। ਇਹ ਸਾਡੇ ਮਕੈਨਿਕ ਸਾਹਿਬ ਨੇ, ਸਰਦਾਰ ਮਨੋਹਰ ਸਿੰਘ ਜੀ ਸਮਾਧ ਭਾਈ, ਇਹ ਆਪਾਂ ਨੂੰ ਜਾਣਕਾਰੀ ਦੇਣਗੇ। ਇਹ ਕਿਹੜੇ ਮੋਟਰਸਾਈਕਲ ਦਾ ਇੰਜਣ ਹੈ ਜੀ? R15 ਦਾ ਜੀ। ਨਹੀਂ, ਇਹ ਕਿਹੜੀ ਯਾਮਾ ਕੰਪਨੀ? ਯਾਮਾ R15। ਸੋ ਇਹਦੇ ਬਾਰੇ ਜਾਣਕਾਰੀ ਦੇਣਗੇ ਵੀ ਪਾਣੀ ਨਾਲ ਇੰਜਣ ਕਿਵੇਂ। ਦੋਸਤੋ, ਆਪਾਂ ਡੀਜ਼ਲ ਇੰਜਣ ਜਿਹੜੇ ਟਰੈਕਟਰਾਂ ਦੇ ਜਾਂ ਬੱਸਾਂ ਜੀਪਾਂ ਕਾਰਾਂ ਦੇ, ਉਹ ਤਾਂ ਆਪਾਂ ਪਾਣੀ ਨਾਲ ਚਲੋ ਠੰਡੇ ਹੁੰਦੇ ਦੇਖਿਆ, ਉਹਨਾਂ ਦੇ ਰੇਡੀਏਟਰ ਹੁੰਦਾ। ਇਸ ਮੋਟਰਸਾਈਕਲ ਦੇ ਰੇਡੀਏਟਰ ਤਾਂ ਹੈ ਨਹੀਂ? ਰੇਡੀਏਟਰ ਹੈਗਾ, ਇਹਦੇ ਲੱਗਿਆ ਹੋਇਆ। ਅੱਛਾ, ਕਿਵੇਂ ਇਹਦੇ ਬਾਰੇ ਜਾਣਕਾਰੀ ਦਿਓ ਮਾੜੀ ਜੀ, ਇੱਥੋਂ ਤੋਂ ਸ਼ੁਰੂ ਕਰਿਓ ਤੁਸੀਂ ਵੀ, ਕਿਵੇਂ ਹੁੰਦਾ ਇਹਦੇ? ਆਹ ਚੀਜ਼ ਵੱਜਦੀ, ਇਹਦੇ ਪਾਣੀ ਚੱਲਦਾ, ਇਹਦੇ ਆਹ ਚੀਜ਼ ਵੱਜਦੀ, ਕਿੱਟ ਵਿੱਚ, ਮਤਲਬ ਇਹਦੇ ਇਹਦੇ ਵਿੱਚ ਪਿਸਟਨ ਚੱਲਦਾ ਹੈਗਾ, ਇਹਦੇ ਵਿੱਚ ਸਲੀਪ ਦੇ ਵਿੱਚ, ਅਤੇ ਆਹ ਸਾਈਡਾਂ 'ਤੇ ਆ, ਇੱਥੇ ਇਹਦੇ ਪਾਣੀ ਹੁੰਦਾ। ਅੱਛਾ, ਆਹ ਪਿਸਟਨ ਹੈ ਇਹਦਾ? ਪਿਸਟਨ ਦਿਖਾਇਓ, ਪਿਸਟਨ ਤਾਂ ਜਿਵੇਂ ਦੂਜੇ ਪਾਸੇ ਦਿਖਾਇਓ, ਦੂਜੇ ਪਾਸੇ ਇਕੱਲਾ ਰਿੰਗਾਂ ਵਾਲਾ ਥਾਂ ਜਿਹਾ ਹੀ ਹੈ ਬਸ, ਹੈਂ, ਐਂ ਹੈ। ਲੈ ਚਲੋ, ਖੈਰ। ਅੱਛਾ, ਅਤੇ ਬਾਕੀ ਦਾ ਆਹ ਚੀਜ਼ਾਂ ਬਾਰੇ ਦੱਸਿਓ ਕਿਵੇਂ ਹੈ ਇਹ? ਇਹਦੀ ਵਾਟਰ ਵਾਟੀ ਹੈ, ਪਾਣੀ ਵਾਲੀ। ਇਹ ਹਾਂਜੀ, ਮਤਲਬ ਆਹ ਜਿਹੜਾ ਪੱਖਾ, ਇਹ ਪਾਣੀ ਸਿੱਟਦਾ, ਇਹ ਪਾਣੀ ਚੱਕਦਾ ਹੈਗਾ, ਇਹ ਆਪਾਂ ਲੱਗ ਜਾਂਦਾ ਇਹਦੇ ਹੱਥ ਨੂੰ। ਅੱਛਾ 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 ਅੱਛਾ, ਇੱਧਰ ਦੀ ਪਾਣੀ ਇਹਦੇ ਜਾਂਦਾ ਹੈਗਾ। ਅੱਛਾ, ਇੱਧਰ ਦੀ ਇਹ ਲੱਗ ਜਾਂਦਾ ਹੈੱਡ ਨਾਲ। ਅੱਛਾ, ਇਸ ਟਾਈਪ। ਅੱਛਾ ਅੱਛਾ ਅੱਛਾ, ਐਂ ਲੱਗ ਜਾਂਦਾ ਇਹਨੇ ਪਾਣੀ ਚੱਕ ਕੇ। ਹੈੱਡ 'ਚ ਵੀ ਪਾਣੀ ਜਾਂਦਾ? ਹੈੱਡ 'ਚ ਵੀ ਪਾਣੀ ਜਾਂਦਾ ਜੀ। ਅੱਛਾ, ਹੈੱਡ 'ਚ ਵੀ ਸਾਰੇ ਹੀ ਜਾਂਦਾ, ਸਾਰੇ ਇੰਜਣ 'ਚ ਟੋਟਲ ਹੀ ਮਤਲਬ। ਠੀਕ ਠੀਕ ਠੀਕ, ਐਂ ਜਾਣਾ ਗਾ ਪਾਣੀ। ਹੁਣ ਇੱਧਰ ਹੈੱਡ ਦੇ ਵਿੱਚੋਂ ਜਾ ਕੇ ਪਾਣੀ ਸਲੀਵ ਰਾਹੀਂ। ਅੱਛਾ, ਐਂ ਲੱਗ ਜਾਣਾ ਇਹਨੂੰ ਉੱਪਰ। ਅੱਛਾ, ਸਲੀਵ ਸਾਰੀ ਠੰਡੀ ਰੱਖਣੀ, ਹੈੱਡ ਠੰਡਾ ਰਹੂਗਾ, ਇੱਧਰ ਦੀ ਪਾਣੀ ਵਰਕ ਕਰੀ ਜਾਂਦਾ। ਠੀਕ ਹੈ, ਜਿਹੜੇ ਉਹ ਪਾਣੀ ਭੱਜਿਆ ਫਿਰਦਾ, ਅਤੇ ਰੇਡੀਏਟਰ ਤਾਂ ਨਹੀਂ ਹੈ ਇਹਦੇ, ਉਹ ਹੀ ਪਾਣੀ ਠੰਡਾ ਹੁੰਦਾ? ਰੇਡੀਏਟਰ ਹੈਗਾ ਇਹਦੇ। ਕਿਵੇਂ ਰੇਡੀਏਟਰ ਇਹਦਾ ਕਿਵੇਂ ਹੁੰਦਾ? ਰੇਡੀਏਟਰ ਨਾਲ ਲੱਗਿਆ, ਮੋਟਰਸਾਈਕਲ ਦੇ ਨਾਲ ਹੁੰਦਾ, ਲੱਗਿਆ ਵਾ ਪਾਈਪਾਂ ਨਾਲ ਲੱਗਿਆ ਨੇ। ਹੈਗਾ ਰੇਡੀਏਟਰ ਇੱਥੇ ਮੋਟਰਸਾਈਕਲ? ਉੱਧਰ ਖੜਾ। ਅੱਛਾ, ਉੱਧਰ, ਚੱਲ ਕੋਈ ਨਾ, ਫਿਰ ਆਪਾਂ ਵੈਸੇ ਹੀ ਜਾਇਆ। ਅਤੇ ਇਹਦਾ ਇੰਜਣ ਦਾ ਆਹ ਦੂਜਾ ਸਾਰਾ ਸਮਾਨ ਪਿਆ ਮਿਲਦਾ ਜਾਮੇ ਦਾ। ਠੀਕ, ਕਵਰ ਇਹਦਾ, ਮਤਲਬ ਜਾਣੀ ਆਮ ਜਿੰਨੇ ਇੰਜਣ ਆਉਂਦੇ ਆ ਸਕੂਟਰ ਮੋਟਰਸਾਈਕਲਾਂ ਦੇ, ਸਾਰੇ ਹਵਾ ਨਾਲ ਠੰਡੇ ਹੁੰਦੇ ਆ। ਮੋਟਰਸਾਈਕਲਾਂ ਦੇ ਵੈਸੇ ਖੁੱਲ੍ਹੀ ਹਵਾ ਪੈਂਦੀ ਹੈ, ਅਤੇ ਸਕੂਟਰ ਦੇ ਉਹ ਪੱਖਾ ਹੁੰਦਾ ਹਵਾ ਦੇਣ ਵਾਸਤੇ, ਇਹਦਾ ਪਾਣੀ ਦੇ ਕੱਲ ਹੋਰ ਹੋਰ ਮੋਟਰਸਾਈਕਲ ਤਾਂ ਨਹੀਂ ਪਾਣੀ ਵਾਲੇ ਇੰਜਣ ਵਾਲਾ ਵੇਖਿਆ ਕੋਈ? ਇਹੀ ਆਏ ਆ, ਬਾਕੀ ਦੂਸਰੇ ਆਉਂਦੇ ਐਲ ਵਾਲੇ ਆਉਂਦੇ ਇੰਜਣ। ਚਲੋ, ਬਹੁਤ ਮਿਹਰਬਾਨੀ ਜੀ, ਮਤਲਬ ਜਾਣਕਾਰੀ ਹੋ ਗਈ ਵੀ ਪਾਣੀ ਤੇ ਵੀ ਆਉਂਦੇ ਆ ਮੋਟਰਸਾਈਕਲ।